ਹਰਨਾਮ ਸਿੰਘ ਉੱਬੇ ਵਾਲਿਆਂ ਦੇ ਕੋਲ ਇੱਕ ਵਾਰ ਇੱਕ ਚਪੜਾਸੀ ਆਇਆ। ਹਰਨਾਮ ਸਿੰਘ ਨੇ ਚਪੜਾਸੀ ਦੀ ਤਲਵਾਰ ਖੋਹ ਲਈ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ। ਚਪੜਾਸੀ ਨੇ ਸਰਕਾਰੀ ਦਰਬਾਰੇ ਜਾ ਕੇ ਸ਼ਿਕਾਇਤ ਕਰ ਦਿੱਤੀ, ਜਿਸ ਤੋਂ ਬਾਅਦ ਹਰਨਾਮ ਸਿੰਘ ਨੂੰ ਫੜ ਲਿਆ ਗਿਆ ਅਤੇ ਹੱਥਕੜੀ ਬੰਨ ਕੇ ਹਵਾਲਾਤ ਵਿੱਚ ਸੁੱਟ ਦਿੱਤਾ ਗਿਆ। ਜਦ ਰਾਤ ਹੋਈ ਤਾਂ ਹਰਨਾਮ ਸਿੰਘ ਨੇ ਸਤਿਗੁਰੂ ਜੀ ਨੂੰ ਯਾਦ ਕੀਤਾ ਅਤੇ ਗੁਰਬਾਣੀ ਦੀ ਧੁੱਪ ਪੜਨ ਲੱਗਿਆ। ਤੇਰੀ ਸਰਣ ਮੇਰੇ ਦੀਨ ਦਇਆਲਾ, ਤੇਰੀ ਸਰਣ ਸੁਖ ਸਾਗਰ ਮੇਰੇ ਗੁਰ ਗੋਪਾਲਾ, ਤੇਰੀ ਸਰਣ ਮੇਰੇ ਦੀਨ ਦਇਆਲਾ, ਤੇਰੀ ਸਰਣ। ਸਤਿਗੁਰੂ ਜੀ ਨੇ ਕਿਰਪਾ ਕਰ ਦਰਸ਼ਨ ਦਿੱਤੇ। ਸੁੰਦਰ ਸਰੂਪ ਅਤੇ ਚਿੱਟੀ ਪੋਸ਼ਾਕ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਉਸਦੇ ਮਨ ਨੂੰ ਧੀਰਜ ਆਇਆ। ਹਰਨਾਮ ਸਿੰਘ ਆਖਣ ਲੱਗਾ, ਜਦੋਂ ਤੁਸੀਂ ਪਹਿਲਾਂ ਮੈਨੂੰ ਦਰਸ਼ਨ ਦਿੱਤੇ ਸੀ ਤਾਂ ਲੋਕ ਮੈਨੂੰ ਸਾਧ ਕਰਕੇ ਮੰਨਦੇ ਅਤੇ ਪੂਜਦੇ ਸਨ, ਅਤੇ ਜਦ ਹੁਣ ਦਰਸ਼ਨ ਦਿੱਤਾ ਹੈ ਤਾਂ ਹੱਥ ਕੜੀਆਂ ਲੱਗੀਆਂ ਹੋਈਆਂ ਹਨ। ਤੁਸੀਂ ਜਿਸ ਨੂੰ ਦਰਸ਼ਨ ਦਿੰਦੇ ਹੋ ਕੀ ਉਸਦੇ ਨਾਲ ਇੰਜ ਹੀ ਕਰਦੇ ਹੋ? ਦੀਨ ਦਿਆਲ ਜੀ ਬਚਨ ਕੀਤਾ, ਜਿਸ ਨੂੰ ਮੈਂ ਦਰਸ਼ਨ ਦਿੰਦਾ ਹਾਂ ਉਸਨੂੰ ਮੈਂ ਸਾਧ ਕਰ ਦਿੰਦਾ ਹਾਂ, ਅਤੇ ਜਿਸ ਦਾ ਮੈਂ ਵਿਛੋਣਾ ਚੁੱਕਣਾ ਹੋਵੇ, ਭਾਵ ਕਿ ਜਿਸ ਦਾ ਨਾਸ਼ ਕਰਨਾ ਹੋਵੇ, ਉਸਦੇ ਕੋਲੋਂ ਮੈਂ ਸਾਧੂਆਂ ਸੰਤਾਂ ਨੂੰ ਦੁੱਖ ਦਿਵਾਉਂਦਾ ਹਾਂ। ਇਹ ਮੇਰੀ ਪਰੰਪਰਾ ਹੈ। ਇਹ ਬਚਨ ਕਰਕੇ ਸਤਿਗੁਰੂ ਜੀ ਗੁਪਤ ਹੋ ਗਏ। ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਪਹਿਲੀ ਦਗਾ ਹਰਿ ਆਪ ਰਣੇ ਪਹਿਲੀ।